ਗਿੱਦੜਬਾਹਾ ਵਿਖੇ ਫੂਡ ਸਪਲਾਈ ਵਿਭਾਗ ਜ਼ਿਲ੍ਹਾ ਮੁਕਤਸਰ ਸਾਹਿਬ ਵੱਲੋਂ ਨਾਪਤੋਲ ਵਿਭਾਗ ਅਤੇ ਇੰਡੀਅਨ ਆਇਲ ਦੇ ਅਧਿਕਾਰੀਆਂ ਨਾਲ ਮਿਲ ਕੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪੈਟਰੋਲ ਪੰਪ 'ਤੇ ਰੇਡ ਕੀਤੀ ਗਈ। ਅਖੀਰ ਤਕਰੀਬਨ 5 ਘੰਟੇ ਚੱਲੀ ਖਿੱਚੋਤਾਣ ਤੋਂ ਬਾਅਦ ਉਕਤ ਪੰਪ ਨੂੰ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਉਕਤ ਪੰਪ ਤੋਂ ਵੱਡੀ ਮਾਤਰਾ ਵਿੱਚ ਡੀਜ਼ਲ ਪ੍ਰਾਈਵੇਟ ਟੈਂਕਰਾਂ ਰਾਹੀਂ ਹੋਰ ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਬੱਸਾਂ ਵਿੱਚ ਪਾਇਆ ਜਾ ਰਿਹਾ ਹੈ, ਕਿਉਂਕਿ ਇਹ ਸਭ ਕੁਝ ਨਿਯਮਾਂ ਦੇ ਉਲਟ ਹੈ। ਇਸ ਕਰਕੇ ਇਸ ਪੰਪ ਨੂੰ ਸੀਲ ਕੀਤਾ ਗਿਆ ਹੈ। ਸੁਬਹਾ 10-11 ਵਜੇ ਤੋਂ ਲੈ ਕੇ ਜਿਹੜਾ ਪੈਟਰੋਲ ਪੰਪ ਦੇ ਉੱਪਰ ਕੰਪਨੀਆਂ ਵਾਲੇ ਜਾਂ ਸੇਲਸ ਅਫੀਸਰ ਜੋ ਵੀ ਆਏ ਵੀ ਹੈ ਕਾਰਵਾਈ ਕਰ ਰਹੇ ਆ, ਅਤੇ ਕਿੰਨੀ ਕੁ ਵਾਜਬ ਹੈ ਅਤੇ ਕੀ ਕਾਰਨ ਹੈ ਕਰਨ ਦਾ? ਵੈਸੇ ਤਾਂ ਜਦੋਂ ਦੇ ਇਹ ਆਏ ਵੇ ਆ ਉਦੋਂ ਦੀ ਸਾਰੀ ਪ੍ਰੈਸ ਉੱਥੇ ਹੈ, ਤੁਸੀਂ ਸਾਰਾ ਕੁਛ ਆਪਦੇ ਅੱਖੀਂ ਦੇਖ ਲਿਆ। ਇਹਨਾਂ ਨੂੰ ਕੋਈ ਚੀਜ਼ ਨਹੀਂ ਲੱਭੀ, ਨਾ ਕੋਈ ਸ਼ੋਰਟੇਜ ਲੱਭੀ, ਨਾ ਕੋਈ ਅਡਲਟਰੇਸ਼ਨ ਲੱਭੀ, ਕੋਈ ਨੁਕਸ ਨਹੀਂ ਲੱਭਿਆ ਇਹਨਾਂ ਨੂੰ ਪੰਪ ਦੇ ਵਿੱਚ। ਅਤੇ ਇੱਕ ਗੱਲ ਮੈਂ ਤੁਹਾਨੂੰ ਬੜੀ ਕਲੀਅਰਲੀ ਦੱਸ ਦਿੰਦਾ ਵੀ ਜਿਹੜਾ ਇਹਨਾਂ ਨੇ ਇਹ ਪਰਚਾ ਕੱਟਿਆ ਜੀ, ਇਹ ਟੋਟਲੀ ਪੋਲੀਟੀਕਲੀ ਮੋਟੀਵੇਟਡ। ਮੈਂ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕੀਤੀ ਸੀ ਵੀ ਇਹਨਾਂ ਦਾ ਬੜਾ ਵੱਡਾ ਘਪਲਾ ਜਿਹੜਾ ਇਹਨਾਂ ਨੇ ਕੀਤਾ ਵਿਆ ਨਰੇਗਾ ਦੇ ਵਿੱਚ। ਕਿਹਨਾਂ ਨੇ ਕੀਤਾ ਵਾ ਜੀ? ਤੁਸੀਂ ਹੁਣ ਆਪ ਹੀ ਸਿਆਣੇ ਹੋ ਵੀ ਜਿਹੜਾ ਸੱਤਾ ਦੇ ਵਿੱਚ ਹੋਵੇ ਘਪਲਾ ਉਹੀ ਕਰਦਾ ਹੁੰਦਾ, ਜਿਹੜਾ ਆਊਟ ਆਫ ਸੱਤਾ ਹੋਵੇ ਉਹ ਤਾਂ ਕਰਦਾ ਨਹੀਂ। ਪਹਿਲੀ ਗੱਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿਸੇ ਗੱਲ ਤੋਂ ਕਦੇ ਭੱਜਦਾ ਨਹੀਂ। ਸਾਨੂੰ ਮੈਨੂੰ ਇਹ ਨਹੀਂ ਪਤਾ ਵੀ ਇਹ ਕਾਹਦੀ ਰੇਡ ਹੈ ਅਤੇ ਕੀ ਰੇਡ ਹੋਊਗੀ। ਜਦੋਂ ਮੈਨੂੰ ਇਹ ਪਹਿਲਾਂ ਪਤਾ ਲੱਗਿਆ ਥੋੜ੍ਹੇ ਚਿਰ, ਮੈਂ ਸੋਚਿਆ ਕਿ ਇਹ ਰੇਡ ਸ਼ਾਇਦ ਭਾਰਤ ਪੈਟਰੋਲੀਅਮ ਜਿਨ੍ਹਾਂ ਦੇ ਪੈਟਰੋਲੀਅਮ ਆ ਉਹਨਾਂ ਨੇ ਪਾਈ ਹੋਣੀ, ਸਾਨੂੰ ਤਾਂ ਇਹ ਪਤਾ ਹੀ ਨਹੀਂ ਵੀ ਇਹ ਮਹਿਕਮਾ ਕੀ ਹੈ, ਨਾ ਅੱਜ ਤੱਕ ਇਹ ਗੱਲ ਸੁਣੀ ਹੈ ਅਤੇ ਨਾ ਕਦੇ ਕਿਸੇ ਦੇ ਜ਼ਿੰਦਗੀ ਦੇ ਬਿਜ਼ਨਸ 'ਤੇ ਅਟੈਕ ਕੀਤਾ। ਜੇ ਮੈਂ ਕੋਈ ਇਸ ਤਰ੍ਹਾਂ ਦਾ ਅਟੈਕ ਕਰਨਾ ਹੋਵੇ, ਅੱਜ ਵੀ ਗਿੱਦੜਬਾ ਦੇ ਵਿੱਚੋਂ ਇੱਕ ਵੀ ਸਰਕਾਰੀ ਬੱਸ ਨਹੀਂ ਟੱਪਦੀ, ਨਾ ਉਹ ਪਨ ਬੱਸ ਦੀ, ਨਾ ਰੋਡਵੇਜ਼ ਦੀ, ਨਾ ਪੰਜਾਬ ਡਿਪੂ ਦੀ, ਉਹ ਕਿਉਂ ਨਹੀਂ ਟੱਪਦੀ? ਗਿੱਦੜਬਾ ਇੱਕ ਵਾਹਦ ਇਹ ਹੈ ਜਿੱਥੇ ਇੱਕ ਬੱਸ ਸਰਕਾਰੀ ਨਹੀਂ। ਉਹ ਕਿਹਨੂੰ ਫਾਇਦਾ ਪਹੁੰਚਾਉਣ ਵਾਸਤੇ ਸਰਕਾਰ ਨੇ ਕੰਮ ਕੀਤਾ, ਪਰ ਮੈਂ ਇਹਨਾਂ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਕਿਸੇ ਦੇ ਬਿਜ਼ਨਸ ਦਾ ਮਾਮਲਾ ਹੈ। ਜਨਤਾ ਇਹ ਸਭ ਕੁਝ ਜਾਣਦੀ ਹੈ ਵੀ ਕਿਉਂ ਸਰਕਾਰੀ ਰੂਟ ਬੰਦ ਹੋਏ ਗਿੱਦੜਬਾ 'ਚੋਂ, ਅੱਜ ਕਿਉਂ ਨਹੀਂ ਬੱਸ ਚੱਲਦੀ। ਮੈਨੂੰ ਜਿੱਥੇ ਮਰਜ਼ੀ ਇਸ ਗੱਲ ਵਾਸਤੇ ਜਾ ਸਕਦਾ ਔਰ ਸਾਰੀ ਜ਼ਿੰਦਗੀ ਇਸ ਗੱਲ ਦੀ ਸਫਾਈ, ਮੈਂ ਕੋਈ ਉਹਨਾਂ ਨੂੰ ਸਫਾਈ ਨਹੀਂ ਦਿੰਦਾ, ਪਰ ਮੈਂ ਕਿਸੇ 'ਤੇ ਰੇਡ ਨਾ ਅੱਜ ਤੱਕ ਮਰਾਉਣਾ ਅਤੇ ਨਾ ਮੈਨੂੰ ਇਹ ਗੰਦੀਆਂ ਆਦਤਾਂ।